ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਜਥੇਬੰਦੀਆਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੰਗਰੂਰ ਜ਼ਿਲ੍ਹੇ ਦੀ ਜਥੇਬੰਦੀ ਦਾ ਵਿਸਥਾਰ ਕਰਦਿਆਂ ਅੱਜ ਜਥੇਦਾਰ ਗੁਰਨੈਬ ਸਿੰਘ ਰਾਜਪੁਰਾ ਜ਼ਿਲ੍ਹਾ ਪ੍ਰਧਾਨ ਸੰਗਰੂਰ ਦੀ ਅਗਵਾਈ ਵਿੱਚ 25 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਪਾਰਟੀ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਉਣ ਵਾਲੀਆਂ ਚੋਣਾਂ ਵਿੱਚ ਸਰਪੰਚ SGPC ਦੀਆਂ ਚੋਣਾਂ ਵਿੱਚ ਨੌਜਵਾਨਾਂ ਨੂੰ ਹੀ ਅੱਗੇ ਆਉਣ ਦਿੱਤਾ ਜਾਵੇਗਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਵਨ ਪਵਿੱਤਰ ਧਰਤੀ ਗੁਰੂ ਨਾਨਕਿਆਣਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਨਵੀਂ ਜਥੇਬੰਦੀ ਦੀ ਨਿਯੁਕਤੀਆਂ ਹੋਣ ਦੇ ਸੰਬੰਧ ਵਿੱਚ ਅੱਜ ਅਸੀਂ ਇਸ ਮੀਟਿੰਗ ਹਾਲ ਦੇ ਵਿੱਚ ਬੈਠੇ ਹਾਂ, ਜਿਹਦੇ ਵਿੱਚ ਸਮੁੱਚੀ ਪਾਰਟੀ ਪੰਜਾਬ ਪੱਧਰ 'ਤੇ ਹਰੇਕ ਜ਼ਿਲ੍ਹੇ ਦੇ ਵਿੱਚ ਨਵੀਂ ਵਿਉਂਤਬੰਦੀ ਲਾ ਕੇ, ਨਵੀਂ ਵਿਉਂਤਬੰਦੀ ਕਰਕੇ ਜਥੇਬੰਦੀ ਦੀਆਂ ਨਿਯੁਕਤੀਆਂ ਕੀਤੀਆਂ ਨੇ, ਜਿਸ ਵਿੱਚ ਅਸੀਂ ਅੱਜ ਪੂਰੀ ਜ਼ਿਲ੍ਹਾ ਸੰਗਰੂਰ ਦੀ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ, ਜਨਰਲ ਸੈਕਟਰੀ, ਜਥੇਬੰਦਕ ਸਕੱਤਰ, ਸਮੁੱਚੀ ਟੀਮ ਜਿਹੜੀ ਜ਼ਿਲ੍ਹੇ ਦੀ ਹਾਈ ਕਮਾਂਡ ਹੈ ਉਹ ਇੱਥੇ ਸਾਡੇ ਕੋਲ ਬੈਠੀ ਹੈ। ਅੱਜ ਅਸੀਂ ਨਵੇਂ ਸਿਰੇ ਤੋਂ ਇਹਨਾਂ ਨੂੰ ਇੱਥੇ ਜ਼ਿੰਮੇਵਾਰੀਆਂ ਦੇਵਾਂਗੇ ਅਹੁਦਿਆਂ ਦੀਆਂ ਸਾਰਿਆਂ ਨੂੰ, ਅਤੇ ਉਹਦੇ ਵਿੱਚ ਅਸੀਂ ਪੂਰੇ ਜ਼ਿਲ੍ਹੇ ਦੀ ਜਿਹੜੀ ਵਿਉਂਤਬੰਦੀ ਕਰਕੇ ਬਲਾਕ ਪੱਧਰ ਦੀ, ਜਿਸ ਤਰ੍ਹਾਂ ਜ਼ਿਲ੍ਹੇ ਦੀ 21 ਮੈਂਬਰੀ ਕਮੇਟੀ ਸਾਡੀ ਨਿਯੁਕਤ ਕੀਤੀ ਗਈ ਹੈ, ਉਸੇ ਤਰ੍ਹਾਂ ਅਸੀਂ ਬਲਾਕ ਪੱਧਰ 'ਤੇ, ਸਰਕਲ ਪੱਧਰ 'ਤੇ ਇਹ 21 ਮੈਂਬਰੀਆਂ ਸਰਕਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਨਰਲ ਸੈਕਟਰੀ, ਜਥੇਬੰਦਕ ਸਕੱਤਰ, ਜਿਸ ਤਰ੍ਹਾਂ 21 ਮੈਂਬਰੀ ਜ਼ਿਲ੍ਹੇ ਦੀ, ਉਸੇ ਤਰ੍ਹਾਂ ਅਸੀਂ ਬਲਾਕ ਪੱਧਰ ਦੀਆਂ ਕਮੇਟੀਆਂ ਨਿਯੁਕਤ ਕਰਾਂਗੇ। ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਵੀ ਆਉਂਦੀ ਹੈ, ਬਲਾਕ ਸੰਮਤੀ ਵੀ ਆਉਂਦੀ ਹੈ। ਅਸੀਂ ਪੂਰੀ ਇਹਨੂੰ ਬੇਸਿਕ ਤੌਰ 'ਤੇ ਪਿੰਡ ਪੱਧਰ ਤੱਕ 'ਤੇ ਜਥੇਬੰਦੀ ਨੂੰ ਪੂਰੀ ਤਰ੍ਹਾਂ ਤਕੜਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਵੱਡਾ ਇੱਕ ਜਿਹੜਾ ਹੈਗਾ ਤੁਹਈਆ ਕੀਤਾ ਗਾ। ਉਹਦੇ ਵਿੱਚ ਅਸੀਂ ਅੱਜ ਸੰਗਰੂਰ ਵੱਲੋਂ ਦਾਸ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਨਰਿੰਦਰ ਸਿੰਘ ਕਾਲਾਬੁਲਾ, ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਗਾਗਾ, ਸੀਨੀਅਰ ਮੀਤ ਪ੍ਰਧਾਨ ਸਾਧੂ ਸਿੰਘ ਪੇਦਨੀ ਮੀਤ ਪ੍ਰਧਾਨ, ਅਤੇ ਸਾਰੇ ਜਨਰਲ ਸੈਕਟਰੀ, ਪ੍ਰੈਸ ਸਕੱਤਰ, ਖਜ਼ਾਨਚੀ, ਸਪੋਕਸਮੈਨ ਕੁਲਵੰਤ ਸਿੰਘ ਕਲਕੱਤਾ, ਸੁਖਵਿੰਦਰ ਸਿੰਘ ਬਲਿਆਲ ਪ੍ਰੈਸ ਸਕੱਤਰ ਜ਼ਿਲ੍ਹੇ ਦੇ, ਰਣਵੀਰ ਸਿੰਘ ਜੋ ਸਾਡੇ ਖਜ਼ਾਨਚੀ ਨੇ ਜ਼ਿਲ੍ਹਾ ਸੰਗਰੂਰ ਦੇ, ਇਹ ਸਾਰੀ ਪੂਰੀ ਦੀ ਪੂਰੀ ਟੀਮ ਅਸੀਂ ਅੱਜ ਇੱਥੇ ਜ਼ਿੰਮੇਵਾਰੀਆਂ ਦੇ ਕੇ ਨਿਯੁਕਤ ਕਰਕੇ, ਸਤਨਾਮ ਸਿੰਘ ਰਤੋਕੇ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਨੇ। ਇਹ ਸਾਰੀਆਂ ਅੱਜ ਅਸੀਂ ਜ਼ਿੰਮੇਵਾਰੀਆਂ, ਇਹ ਤਕਰੀਬਨ ਸਾਡੇ ਵਿਧਾਨ ਸਭਾ ਹਲਕੇ 5 ਨੇ, 5 ਹਲਕਿਆਂ ਦੇ ਵਿੱਚੋਂ ਜਿਹੜੀ ਅਸੀਂ ਜਥੇਬੰਦੀ ਬਣਾਈ ਹੈ, ਤਕਰੀਬਨ ਇੱਕ ਹਲਕੇ ਦੇ ਵਿੱਚੋਂ ਇਹ 5 ਸੀਨੀਅਰ ਮੈਂਬਰ ਅਸੀਂ ਨਿਯੁਕਤ ਕੀਤੇ ਨੇ, ਪੂਰਾ ਜ਼ਿਲ੍ਹਾ ਇੱਕ ਕਾਇਮ ਕੀਤਾ ਗਾ। ਉਹਦੇ ਵਿੱਚ ਅਸੀਂ ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਲਾਵਾਂਗੇ ਬਲਾਕ ਪੱਧਰ 'ਤੇ। ਮੈਂ ਪਹਿਲਾਂ ਵੀ ਦੱਸ ਚੁੱਕਾ ਗਾ, ਇਸਤਰੀ ਅਕਾਲੀ ਦਲ ਦੇ ਸਾਡੇ ਜਿਹੜੀ ਬਿਰਜੀਤ ਕੌਰ ਬੀਬੀ ਚਖੇਪਲ ਹੈ, ਉਹ ਇਸਤਰੀ ਵਿੰਗ ਦੀ ਜ਼ਿਲ੍ਹੇ ਦੀ ਪ੍ਰਧਾਨ ਲਾਈ ਗਈ ਹੈ। ਕਿਸਾਨ ਵਿੰਗ ਦੇ ਅਮਰਜੀਤ ਸਿੰਘ ਬਾਦਸ਼ਾਹਪੁਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈਗਾ। ਇਸ ਤਰ੍ਹਾਂ ਦੀ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ, ਅਤੇ ਅੱਜ ਦਾ ਜਿਹੜਾ ਸਾਡਾ ਇਹ ਏਜੰਡਾ ਗਾ, ਅਸੀਂ ਜਥੇਬੰਦੀਆਂ ਨੂੰ ਦੇ ਕੇ ਨਵੇਂ ਅਹੁਦੇਦਾਰੀਆਂ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ, ਤਾਂ ਜੋ ਕਿ ਅਸੀਂ ਬਿਹਤਰੀ ਵਾਸਤੇ ਅਗਲੇ ਆਉਣ ਵਾਸਤੇ 2027 ਦੀ ਜਿਹੜੀਆਂ ਚੋਣਾਂ ਜਾਂ ਸ਼੍ਰੋਮਣੀ ਕਮੇਟੀ ਚੋਣਾਂ ਜਾਂ ਸਰਪੰਚੀ ਚੋਣਾਂ, ਉਹਨਾਂ ਸਾਰਿਆਂ ਵਾਸਤੇ ਅਸੀਂ ਇੱਕ ਬਹੁਤ ਵਧੀਆ ਪਲੇਟਫਾਰਮ ਤਿਆਰ ਕਰਕੇ ਆਪਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚੜ੍ਹਦੀ ਕਲਾ ਵਾਸਤੇ ਵਧੀਆ ਕੰਮ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਜਿਹੜੀ ਅੱਜ ਮੀਟਿੰਗ ਰੱਖੀ ਗਈ, ਜਿਸ ਵਿੱਚ ਸਾਡੇ
ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਮੈਤ ਸਿੰਘ ਰਾਮਪੁਰਾ ਨੇ ਜਿਹੜੀਆਂ 25 ਮੈਂਬਰੀ ਕਮੇਟੀ ਦਾ ਜਿਹੜਾ ਹੈ ਅੱਜ ਨਿਯੁਕਤ ਕੀਤੀ ਹੈ। ਉੱਥੇ ਹੀ ਦਾਸ ਨੂੰ ਯੂਥ ਪ੍ਰਧਾਨ ਸੰਗਰੂਰ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੋ ਮੇਰੀ ਯੂਥ ਨੂੰ ਬੇਨਤੀ ਹੈ ਕਿ ਅਸੀਂ ਪਿੰਡ ਲੈਵਲ 'ਤੇ, ਜ਼ਿਲ੍ਹੇ ਹਲਕੇ ਲੈਵਲ 'ਤੇ ਅਸੀਂ ਜਿਹੜੀਆਂ ਕਮੇਟੀਆਂ ਦੀ ਨਿਯੁਕਤੀ ਕਰਾਂਗੇ। ਸੋ ਸਾਰੇ ਯੂਥ ਨੂੰ, ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਾਂ ਨਸ਼ੇ ਵਰਗੀਆਂ ਭੈੜੀਆਂ ਕ੍ਰਿਤੀਆਂ ਤੋਂ ਬਚ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਆਦਾ ਤੋਂ ਜ਼ਿਆਦਾ ਜੁਆਇਨ ਕਰੀਏ ਅਤੇ ਆਪਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ, ਜਿਵੇਂ ਕਿ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸਮਿਤੀਆਂ ਅਤੇ ਪਿੰਡਾਂ ਦੀਆਂ ਸਰਪੰਚੀਆਂ, ਆਪਾਂ ਸਾਰੀਆਂ ਯੂਥ ਨੂੰ ਮੌਕਾ ਦੇਵਾਂਗੇ ਅਤੇ ਸਪੋਰਟ ਵੀ ਕਰਾਂਗੇ ਅਤੇ ਆਪਾਂ ਇਲੈਕਸ਼ਨ ਲੜਾ ਕੇ ਜਿਤਾਵਾਂਗੇ ਵੀ। ਸੋ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਾਂ ਜੁਆਇਨ ਕਰੀਏ। ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।